ਅੱਛੀ ਗੱਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਸਵਾਗਤ ਹੈ ਜੀ ਤੁਸੀਂ ਸੁਣ ਰਹੇ ਹੋ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਅੱਜ ਦੀਆਂ ਖਬਰਾਂ ਇਟਲੀ ਦੇ ਵਿੱਚ ਜਿਹੜੀ ਕੇਸਾਂ ਦੀ ਗਿਣਤੀ ਹੈ ਜੀ 31506 ਹੋ ਗਈ ਹੈ ਤੇ 2503 ਜਿਹੜੀਆਂ ਮੌਤਾਂ ਹੋ ਚੁੱਕੀਆਂ ਨੇ ਤੇ 345 345 ਸਿਰਫ ਇੱਕ ਦਿਨ ਦੇ ਵਿੱਚ ਮੌਤਾਂ ਹੋਈਆਂ ਨੇ ਤੇ ਜਿਹੜੀ ਠੀਕ ਹੋਣ ਵਾਲਿਆਂ ਦੀ ਗਿਣਤੀ ਹੈ ਜੀ ਠੀਕ ਹੋਣ ਵਾਲਿਆਂ ਦੀ ਗਿਣਤੀ 2941 ਹੋ ਗਈ ਹੈ ਜੀ ਤੇ ਇਹਨਾਂ ਦੇ ਵਿੱਚ 26062 ਕੇਸ ਸਿਸਟਮ ਐਕਟਿਵ ਚੱਲ ਰਹੇ ਨੇ ਤੇ ਸਭ ਤੋਂ ਵੱਧ ਜਿਹੜਾ ਨੁਕਸਾਨ ਸਭ ਤੋਂ ਵੱਧ ਜਿਹੜੇ ਕੇਸ ਐਕਟਿਵ ਨੇ ਉਹ ਜੀ ਲੋਮਬਰਦੀਆ ਦੇ ਵਿੱਚ ਆ ਲੋਮਬਰਦੀਆ ਦੇ ਵਿੱਚ ਵੀ ਸਭ ਤੋਂ ਪਹਿਲੇ ਨੰਬਰ ਤੇ ਪਹਿਲਾਂ ਲੋਦੀ ਹੁੰਦਾ ਸੀ ਤੇ ਹੁਣ ਬੈਰਗਮ ਨੇ ਆਪਣੀ ਜਗ੍ਹਾ ਬਣਾਈ ਹੋਈ ਹੈ ਬਰਕਰਾਰ ਜਿੱਥੇ ਤਕਰੀਬਨ 3993 ਬੰਦਾ ਪੋਜ਼ੀਟਿਵ ਹੈ ਜੀ ਕੱਲ ਦੇ ਨਾਲੋਂ 233 ਬੰਦੇ ਉੱਥੇ ਐਕਸਟਰਾ ਬਧੇ ਆ ਉਧਰੋਂ 트럼ਪ ਨੇ ਕਿਹਾ ਜੇ ਤੁਸੀਂ ਨਹੀਂ ਚਾਹੁੰਦੇ ਕਿ ਤੁਸੀਂ ਵੀ ਇਟਾਲੀਅਨ ਵਾਲੀ ਸਿਚੁਏਸ਼ਨ ਜਿਓ ਤਾਂ ਜਿੰਨਾ ਹੋ ਸਕੇ ਆਪਣੀ ਜਿਹੜੀ ਸੋਚ ਵਾਲੀ ਲਾਈਫ ਆ ਉਹਨੂੰ ਛੱਡ ਦੋ ਕਰੋ ਸਿਰਫ ਜ਼ਰੂਰੀ ਕੰਮ ਦੇ ਲਈ ਬਾਹਰ ਨਿਕਲੋ ਇਹਦੇ ਵਿੱਚ ਕੱਲ ਦੇ ਨਾਲੋਂ 3526 ਬੰਦੇ ਐਕਸਟਰਾ ਬੰਦੇ ਆ ਜੀ ਤੇ ਇਹ ਜਿਹੜੇ 2526 3526 ਬੰਦੇ ਵਧੇ ਆ ਜੀ 3526 ਤਕਰੀਬਨ 12.6% ਐਕਸਟਰਾ ਬੰਦੇ ਆ ਜਿਹੜੇ ਵਧੇ ਆ ਤੇ ਜਿਹੜੇ ਹਸਪਤਾਲਾਂ ਦੇ ਵਿੱਚ ਇਸ ਟਾਈਮ ਐਡਮਿਟ ਬੰਦੇ ਨੇ ਤਕਰੀਬਨ 12894 ਹਰ ਦਾ ਹਸਪਤਾਲਾਂ ਦੇ ਵਿੱਚ ਆ ਜਿਨ੍ਹਾਂ ਨੂੰ ਨਾਰਮਲ ਸਿੰਪਟਮ ਹੁੰਦੇ ਬੁਖਾਰ ਹੋ ਗਿਆ ਖਾਂਸੀ ਹੋ ਗਈ ਜਾਂ ਫਿਰ ਇਦਾਂ ਦੇ ਕੋਈ ਜਿਨ੍ਹਾਂ ਤੋਂ ਪਤਾ ਲੱਗਦਾ ਹਾਂਜੀ ਇਹ ਬੰਦੇ ਬਿਮਾਰ ਨੇ ਤੇ ਇਹ ਜਿਹੜੇ ਆ 1869 1869 ਬੰਦਾ ਕੱਲ ਨਾਲੋਂ ਐਕਸਟਰਾ ਵਧਿਆ ਜੀ ਟੋਟਲ ਜਿਹੜਾ ਬੰਦਾ ਵਧਿਆ ਕੱਲ ਦੇ ਨਾਲੋਂ 2060 2060 ਬੰਦੇ ਸੀਰੀਅਸ ਕੰਡੀਸ਼ਨਾਂ ਦੇ ਵਿੱਚ ਗਏ ਨੇ ਤੇ ਜੋ ਕਿ ਉਹ ਵੀ ਕੱਲ ਦੇ ਨਾਲੋਂ 209% पर, 209 ਬੰਦਾ ਜ਼ਿਆਦਾ ਉਸ ਤੋਂ ਬਾਅਦ ਦੇਖਦੇ ਆਂ ਜੀ ਜਿਹੜੇ ਹਾਊਸ ਇਜ਼ੋਲੇਟਡ ਬੰਦੇ ਨੇ 11108 ਜਿਨ੍ਹਾਂ ਨੂੰ ਜਿਹੜੇ ਪੋਜ਼ਿਟਿਵ ਤਾਂ ਨਿਕਲੇ ਨੇ ਜਾਂ ਫਿਰ ਉਹਨਾਂ ਨੂੰ ਲੋਡ ਨਹੀਂ ਸੀ ਹਸਪੀਟਲ 'ਚ ਦਾਖਲ ਕਰਨ ਦੀ ਉਹ ਬੰਦੇ 11108 ਬੰਦਾ ਉਹਨਾਂ ਨੂੰ ਘਰ ਦੇ ਵਿੱਚ ਹੀ ਰੱਖਿਆ ਗਿਆ ਤੇ ਇਹ ਬੰਦਾ ਕੱਲ੍ਹ ਨਾਲੋਂ 911 ਬੰਦਾ ਐਕਸਟਰਾ ਹੋਇਆ ਇਸ ਸਹਾਂ ਨੂੰ ਦਿਖੀ ਜੀ ਇਹਨਾਂ ਦੀ ਘਰ ਵਿੱਚ ਹੀ ਦੇਖਰੇਖ ਕੀਤੀ ਜਾਂਦੀ ਆ ਜੇ ਇਹ ਸਟੇਟਾ ਦਾ ਹਿਸਾਬ ਦੇਖੀਏ ਜੀ ਲੋਂਬਰਦੀਆ ਦੇ ਵਿੱਚ 16220 ਕੇਸ 1571 ਐਕਸਟਰਾ ਇਮੇਜੇ ਰូមਾਨੀਆ 3931 409 ਐਕਸਟਰਾ ਅ ਵੇਨੇਟੋ 2704 ਕੇਸ 231 ਹੋਰ ਬਤੇ ਪੀਅਮੋਂਟ ਦੇ ਵਿੱਚ 1897 ਕੇਸ ਤੇ 381 ਐਕਸਟਰਾ ਮਾਰਕੇ ਦੇ ਵਿੱਚ 1371 129 ਕੇਸ ਜਿਆਦਾ ਲਿਗੂਰੀਆ 778 ਉਹਦੇ ਵਿੱਚ 111 ਐਕਸਟਰਾ ਕੰਪਨੀ ਦੇ ਵਿੱਚ 460 ਕੱਲਨਾਂ ਨੂੰ 60 ਵਦੇ। ਤੋਂ ਸਕਾਨਾ ਦੇ ਵਿੱਚ 1153 ਤੇ 187 ਐਕਸਟਰਾ। 287 237 ਸਿਚੀਲੀਆ ਦੇ ਵਿੱਚ 24 ਕੱਲਨਾਂ ਨੂੰ ਜਿਆਦਾ ਲਾਦਸੀ ਦੇ ਵਿੱਚ 607 ਤੇ 84 ਕੱਲਨਾਂ ਨੂੰ ਜਿਆਦਾ। ਫਰੋਇਲੀ ਵਿਨੈਟਸਾ ਜੁਲੀਆ ਦੇ ਵਿੱਚ 394 ਉੱਥੇ 8 ਕੇਸ ਵਦੇ ਨੇ। ਅਬਰੂਸੋ ਦੇ ਵਿੱਚ 22953 ਕੇਸ ਐਕਸਟਰਾ ਹੋਏ ਨੇ। ਪੋਲੀਆ ਦੇ ਵਿੱਚ 340 110 ਐਕਸਟਰਾ। ਉੰਬਰੀਆ ਦੇ ਵਿੱਚ 197 ਕੇਸ TT ਐਕਸਟਰਾ ਬੁਲਸਾਨੋ ਦੇ ਵਿੱਚ 291 50 ਐਕਸਟਰਾ ਬੁਲਸਾਨੋ ਕੋ एरिया ਜਿਹਦੇ ਵਿੱਚ ਬਹੁਤ ਹੀ ਘੰਡ ਪਹਿਲਾਂ ਸ਼ੁਰੂਆਤ ਵਿੱਚ ਕੇਸ ਵਧ ਰਹੇ ਸੀ। ਗਲਾਬਰੀ 114 25 ਕੇਸ ਐਕਸਟਰਾ, ਸਰਦੇਨੀ 117 10 ਕੇਸ ਐਕਸਟਰਾ, ਵਾਲੇ ਦੋਸਤ 136 31 ਕੇਸ ਐਕਸਟਰਾ। ਟ੍ਰੇਨ ਤੋਂ ਦੇ ਵਿੱਚ 1585 ਤੇ 7 ਕੇਸ ਐਕਸਟਰਾ, ਮੁਲੀਜ਼ ਦੇ ਵਿੱਚ 25 ਕੇਸ ਤੇ 4 ਕੇਸ ਐਕਸਟਰਾ, ਬਸਿਲਿਕਾਦਾ ਦੇ ਵਿੱਚ 20 ਕੇਸ ਅੱਠ ਐਕਸਟਰਾ ਮੈਨੂੰ ਅੱਜ ਵੀ ਜ਼ਿਆਦਾ ਕਿਸੇ ਨੇ ਕਮੈਂਟਾਂ ਚ ਲਿਖਿਆ ਕਿ ਮੁਲੀਜ਼ੇ ਦੇ ਵਿੱਚ ਕੋਈ ਵੀ ਕੇਸ ਨਹੀਂ ਹੈਗਾ ਪਰ ਹੋ ਸਕਦਾ ਬਾਹਰੋਂ ਕੋਈ ਬੰਦਾ ਮੁਲੀਜ਼ੇ ਦੇ ਵਿੱਚ ਵੀ ਐਂਟਰ ਹੋ ਗਿਆ ਹੋਵੇ ਜਿਸ ਕਰਕੇ ਮੁਲੀਜ਼ੇ ਦੇ ਵਿੱਚ ਵੀ ਕਾਫੀ ਕੇਸ ਹੋ ਗਏ ਨੇ ਉਸ ਤੋਂ ਬਾਅਦ ਸਾਡੇ ਕੋਲ ਬਰੇਸ਼ੇ ਦੀ ਫੁੱਲ ਡਿਟੇਲ ਪਈ ਹੈ ਜੀ ਕਿ ਜਿਹੜੀ ਆਪਣੇ ਬਰੇਸ਼ੇ ਦੇ ਵਿੱਚ ਕਿਹੜੇ-ਕਿਹੜੇ ਪਿੰਡਾਂ ਚ ਕਿੰਨੇ-ਕਿੰਨਾ ਕਿੰਨੇ ਕਿੰਨੇ ਬੰਦੇ ਵਦੇ ਨੇ ਤੇ ਉਹ ਜਿਹੜੀ ਫੁੱਲ ਡਿਟੇਲ ਹੈ ਜੀ ਜਿਹੜੀ ਹੁਣ ਸਾਨੂੰ ਇਸ ਟਾਈਮ ਇਹਦੇ ਵਿੱਚ ਰੱਸੀ ਦਾ ਬਹੁਤ ਹੀ ਜ਼ਿਆਦਾ ਲੰਬੀ ਹੋ ਜਾਣੀ ਹੈ ਪਰ ਜਿਹੜੀ ਗੱਲ ਹੈ ਉਹ ਇਹ ਹੈ ਜੇ ਕਿ ਹਰ ਹਰ ਪ੍ਰੋਵਿੰਸ ਦੇ ਵਿੱਚ ਸਾਰੇ ਪਾਸੇ ਹੀ ਜ਼ਿਆਦਾ ਬੰਦੇ ਬਧੇ ਰਹੇ ਤੇ ਉਸ ਤੋਂ ਬਾਅਦ ਸਾਡੇ ਕੋਲ ਕਾਰਮੋਨ ਦੇ ਦੀ ਵੀ ਲਿਸਟ ਆਈ ਜੋ ਕਿ ਸਾਰੇ ਪਿੰਡਾਂ ਦੀ ਨਹੀਂ ਹੈਗੀ ਪਰ ਜਿੰਨੇ ਪਿੰਡਾਂ ਦੀ ਵੀ ਹੈਗੀ ਅਸੀਂ ਤੁਹਾਨੂੰ ਉਹਦੇ ਬਾਰੇ ਦੱਸਾਂਗੇ ਪਰ ਜੇ ਸਿਰਫ ਅਸੀਂ ਅਗਰ ਇਹੀ ਦੇਖੀਏ ਕਿ ਕਾਰਮੋਨ ਕਾਰਮੋਨ ਦੇ ਵਿੱਚ ਕਿੰਨੇ ਤੇ ਕਾਰਮੋਨ ਕਾਰਮੋਨ ਦੇ ਵਿੱਚ ਵੀ ਬਹੁਤ ਸਾਰੇ ਕੇਸ ਆ ਜੀ